ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ। ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਮਾਮਲਾ ਕਾਫੀ ਸੁਰਖੀਆਂ ਬਟੋਰਦਾ ਹੋਇਆ ਨਜ਼ਰ ਆ ਰਿਹਾ ਸੀ, ਜਿਸ ਵਿੱਚ ਇੱਕ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀਗੇ ਕਿ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਸੀ, ਜਿਸ ਵਿੱਚ ਇੱਕ 1.5 ਸਾਲਾਂ ਦੀ ਬੱਚੀ ਰਾਵੀਆ ਵੀ ਸ਼ਾਮਿਲ ਸੀ, ਜਿਸ ਨੂੰ ਇੱਕ ਚੋਕਲੇਟ ਜਿਹੜੀ ਹੈ ਕਰਿਆਨੇ ਦੀ ਦੁਕਾਨ ਦੇ ਉੱਪਰੋਂ ਖਰੀਦ ਕੇ ਦਿੱਤੀ ਗਈ, ਜਿਸ ਦੇ ਨਾਲ ਉਸਦੀ ਸਿਹਤ ਜਿਹੜੀ ਹੈ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰ ਉਸਨੂੰ DMC ਹਸਪਤਾਲ ਦੇ ਵਿੱਚ ਲਿਜਾਂਦਾ ਹੈ। ਸਭ ਤੋਂ ਪਹਿਲਾਂ ਉਸ ਦੁਕਾਨ ਦੀ ਤਸਵੀਰ ਦਿਖਾ ਦੇਣਾ ਜਿਸ ਦੁਕਾਨ ਦੇ ਉੱਪਰ ਇਲਜ਼ਾਮ ਲੱਗੇ ਸੀਗੇ, ਇਹ ਨਰਾਇਣ ਆਟਾ ਚੱਕੀ ਹੈ, ਜਿਸ ਦੀ ਉੱਪਰ ਕਹਿ ਸਕਦੇ ਹਾਂ ਪਰਿਵਾਰ ਵੱਲੋਂ ਪਹੁੰਚ ਕੇ ਹੰਗਾਮਾ ਕੀਤਾ ਗਿਆ ਸੀ। ਇਸ ਉੱਪਰ ਸਿਹਤ ਵਿਭਾਗ ਦੀ ਟੀਮ ਵੀ ਪਹੁੰਚਦੀ ਹੈ, ਇੱਥੋਂ ਦੀ ਕਈ ਐਕਸਪਾਇਰੀ ਡੇਟ ਵਾਲੀਆਂ ਚੀਜ਼ਾਂ ਵੀ ਬਰਾਮਦ ਹੁੰਦੀਆਂ ਨੇ। ਆਖਿਰਕਾਰ ਪੂਰਾ ਮਾਮਲਾ ਕੀ ਸੀਗਾ, ਕੀ ਉਸ ਦਿਨ ਹੋਇਆ ਸੀਗਾ, ਕਿਸ ਤਰ੍ਹਾਂ ਇਹ ਮਾਮਲਾ ਸਾਹਮਣੇ ਆਉਂਦਾ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜਿਹੜੇ ਇਸ ਦੁਕਾਨ ਦੇ ਮਾਲਕ ਨੇ ਉਹਨਾਂ ਉਹ ਮੌਜੂਦ ਨੇ, ਉਹਨਾਂ ਤੋਂ ਜਾਣਦੇ ਕਿ ਆਖਿਰਕਾਰ ਹੋਇਆ ਕੀ ਸੀਗਾ, ਕਿਸ ਤਰ੍ਹਾਂ ਹੁਣ ਚੱਲ ਰਹੀ ਹੈ, ਕੀ ਸਥਿਤੀ ਹੈ ਇਸ ਵਕਤ, ਕਿਉਂਕਿ ਦੁਕਾਨ ਬੰਦ ਕੀਤੀ ਹੋਈ ਹੈ, ਅੰਦਰ ਇਹ ਮੌਜੂਦ ਨੇ, ਕੀ ਸਾਰਾ ਬੀਤ ਰਿਹਾ, ਕੀ ਨਾਮ ਹੈ ਜੀ ਤੁਹਾਡਾ ਪਹਿਲਾਂ ਤਾਂ? ਮੇਰਾ ਨਾਮ ਹੀ ਮਨਪ੍ਰੀਤ ਸਿੰਘ। ਇਹ ਹੋਇਆ ਕੀ ਸੀਗਾ, ਕਿਸ ਤਰ੍ਹਾਂ ਇਹ ਮਾਮਲਾ ਹੁੰਦਾ ਸਾਰਾ, ਕਿਉਂਕਿ ਪਰਿਵਾਰ ਇੱਥੇ ਪਹੁੰਚਦਾ ਹੈ, ਹੰਗਾਮਾ ਕਾਫੀ ਹੁੰਦਾ ਇੱਥੇ? ਉਹ ਜਦੋਂ ਉਦੋਂ ਆਇਆ ਸੀ, ਉਸ ਦਿਨ ਮੈਂ ਦੁਕਾਨ ਤੇ ਨਹੀਂ ਸੀ, ਮੈਂ ਕਿਸੇ ਮੈਨੂੰ ਕਿਸੇ ਦਿੱਤਾ ਤੇ ਜਾਣਾ ਪੈ ਗਿਆ, ਤਾਂ ਮੈਨੂੰ ਜਾਣਾ ਪੈ ਗਿਆ, ਤਾਂ ਪਿੱਛੇ ਫਾਦਰ ਸਾਹਿਬ ਨੂੰ ਮੈਂ ਬਿਠਾਇਆ। ਉਹਨਾਂ ਨੇ ਫਾਦਰ ਸਾਹਿਬ ਨੂੰ ਕੋਈ ਇਸ ਬਾਰੇ ਕੋਈ ਨੋਲੇਜ ਨਹੀਂ ਸੀ, ਜਿਹੜੇ ਮੈਂ ਐਕਸਪਾਇਰ ਜੋ ਡੇਟ ਨਾ ਮੈਂ ਸੈਂਪਲ ਲੈ ਕੇ ਆਈ, ਉਹ ਪਿੱਛੋਂ ਉਹਨਾਂ ਨੇ ਮੇਰੇ ਪਿੱਛੇ ਰੱਖੇ ਸੀ ਸੈਂਪਲ ਸਾਰੇ, ਜਿਹੜੇ ਐਕਸਪਾਇਰ ਮਾਰ ਰੱਖੇ ਹੋਏ ਸੀ, ਜਿਹੜੇ ਕੰਪਨੀਆਂ ਨੂੰ ਮੈਂ ਵਾਪਸ ਦੇਣਾ ਸੀ 1-2 ਮਹੀਨੇ ਦੀ, ਉਹ ਉੱਥੋਂ ਚੱਕ ਕੇ ਸਾਰਾ ਦਿਖਾ ਕੇ ਉਹਨਾਂ ਨੂੰ ਸੈਂਪਲ ਦਿਖਾਏ, ਸੈਂਪਲ ਉਹ ਸੈਂਪਲ ਭਰੇ ਨਹੀਂ, ਜਿਸ ਤਰ੍ਹਾਂ ਉਹ ਦਿਖਾ ਰਹੇ ਸੀ ਕਾਫੀ ਕੰਪਨੀਆਂ ਦੇ ਸਮਾਨ, ਜਿਸ ਤਰ੍ਹਾਂ ਕਾਫੀ ਮਸ਼ਹੂਰ ਕੰਪਨੀਆਂ ਨੇ, ਬਿਕਾਨੋ ਦੀ ਗੱਲ ਕਰ ਲਈਏ ਚਾਹੇ ਡੈਰੀ ਮਿਲਕ ਦੀ ਗੱਲ ਕਰ ਲਈਏ, ਉਹ ਚੋਕਲੇਟਾਂ ਇੱਥੇ ਦਿਖਾ ਰਹੇ ਸੀਗੇ, ਇੱਥੇ ਰੱਖ ਕੇ ਦਿਖਾ ਰਹੇ ਸੀ ਡੱਬਿਆਂ ਦੇ ਉੱਪਰ, ਇਹੀ ਉਹ ਥਾਂ ਹੈ ਜਿੱਥੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਸੀ ਥਾਂ ਦੇ ਉੱਪਰ ਰੱਖ ਕੇ ਚੋਕਲੇਟਾਂ ਜਿਹੜੀਆਂ ਦਿਖਾਈਆਂ ਗਈਆਂ ਸੀ ਐਕਸਪਾਇਰੀ ਡੇਟ ਵਾਲੀਆਂ, ਤਾਂ ਇਸੀ ਥਾਂ ਤੋਂ ਜਿਹੜਾ ਵਿਵਾਦ ਭਖਿਆ ਸੀਗਾ, ਤਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਪਿੱਛੇ ਰੱਖਿਆ ਹੋਇਆ ਸੀਗਾ, ਇੱਥੇ ਕਿੱਦਾਂ ਪਹੁੰਚਿਆ? ਰੱਖਿਆ ਸੀ ਉਹਨਾਂ ਨੇ, ਮੁੰਡਿਆਂ ਨੇ ਜਿਹੜਾ ਜਿਸ 2-4 ਸ਼ਾਂਤੀ ਅਨਸਰ ਆਏ ਸੀ, ਉਹਨਾਂ ਨੇ ਪਿੱਛੋਂ ਚੱਕ ਕੇ ਇੱਥੇ ਰੱਖਿਆ, ਉਹੀ ਸੈਂਪਲ ਇਹਨਾਂ ਨੂੰ ਉਹਨਾਂ ਨੂੰ ਭਰਾ ਰਹੇ ਸੀ ਕਿ ਹਾਂਜੀ ਆਲਰੇਡੀ ਨਵੇਂ ਉਹ ਸੈਂਪਲ ਨਵੇਂ ਐਕਸਪਾਇਰ ਸੀ ਸਾਰੇ ਪਿੱਛੇ ਰੱਖੇ ਸੀ, ਉਹ ਉਹਨਾਂ ਨੇ ਕੰਪਨੀ ਵੱਲੋਂ ਇਹਨਾਂ 1-15 ਦਿਨ ਬਾਅਦ ਜਾਣਾ ਸੀ, ਇਸ ਕਰਕੇ ਜਾਣਾ। ਜਿਸ ਤਰ੍ਹਾਂ ਉਹ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਅਸੀਂ ਇੱਥੋਂ ਗਿਫਟ ਹੈਂਪਰ ਲਿੱਤਾ ਇੱਕ ਚੋਕਲੇਟ ਵਾਲਾ, ਜਿਸ ਦੇ ਵਿੱਚ ਕਾਫੀ ਤਰ੍ਹਾਂ ਦੇ ਚੋਕਲੇਟਸ ਹੁੰਦੀਆਂ ਨੇ, ਜਿਸ ਤਰ੍ਹਾਂ 5-star ਦੀ ਗੱਲ ਕਰ ਲਈਏ ਚਾਹੇ ਹੋਰ ਚੋਕਲੇਟਾਂ ਦੀ ਗੱਲ ਕਰ ਲਈਏ, ਉਹਨਾਂ ਦਾ ਕਹਿਣਾ ਸੀਗਾ ਕਿ ਇਹ ਸਾਡੇ ਘਰੇ ਰਿਸ਼ਤੇਦਾਰ ਆਏ ਸੀਗੇ, ਅਸੀਂ ਉਹਨਾਂ ਨੂੰ ਗਿਫਟ ਦਿੱਤਾ, ਉਹ ਜਦੋਂ ਘਰੇ ਜਾ ਕੇ ਉਹਨਾਂ ਨੇ ਬੱਚੀ ਨੂੰ ਖਵਾਇਆ ਚੋਕਲੇਟ, ਤਾਂ ਉਸਦੀ ਸਿਹਤ ਵਿਗੜ ਜਾਂਦੀ ਹੈ, ਤਾਂ ਇਹ ਪੂਰੇ ਮਾਮਲੇ ਦੇ ਉੱਪਰ ਜੂ ਚਰਾਨਾ ਪਾਓ, ਕਿਉਂਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਗਿਫਟ ਹੈਂਪਰ ਇੱਥੋਂ ਖਰੀਦਿਆ ਗਿਆ, ਗਿਫਟ ਹੈਂਪਰ ਲੈ ਗਏ ਸੀ, ਉਸ ਗਿਫਟ ਹੈਂਪਰ ਦੀ ਉਹ ਫੋਟੋ ਕਾਪੀ ਲੈ ਕੇ ਆਏ ਸੀ, ਫੋਟੋ ਕਾਪੀ ਲੈ ਸਾਡੇ ਕੋਲ ਲੈ ਕੇ ਆਏ, ਉਹ ਫੋਟੋ ਕਾਪੀ ਜੋ ਫੋਟੋ ਕਾਪੀ ਦੇ ਹੈਗੇ ਉਹ ਸਾਡੀ ਦੁਕਾਨ ਤੇ ਬਿਲਕੁਲ ਨਹੀਂ ਪ੍ਰਾਪਤ ਹੋਏ, ਬਿਲਕੁਲ ਸੈਂਪਲ ਨਹੀਂ ਮਿਲੇ, ਇੱਥੋਂ ਤੱਕ ਇੱਕ ਚੀਜ਼ ਵੀ ਉਹ ਸਾਡੇ ਦੁਕਾਨ ਤੋਂ ਨਹੀਂ ਬਰਾਮਦ ਹੋਈ। ਹਾਂ ਜਿਹੜੇ ਮੇਰੇ ਨਵੇਂ ਆਪਣਾ ਐਕਸਪਾਇਰ ਰੱਖੀ ਸੀ ਨਵੇਂ ਆਈਟਮਾਂ ਉਹ ਪਿੱਛੇ ਰੱਖੇ ਹੋਏ ਸੀ, ਉਹਨਾਂ ਨੇ ਉਹ ਸਾਰਾ ਸਮਾਨ ਚੱਕ ਕੇ ਇੱਥੇ ਲੈ ਆਏ, ਸੈਂਪਲ ਦੋ ਨਵੇਂ ਸੈਂਪਲ ਭਰਨ ਵਾਸਤੇ ਆਏ ਹੋਏ ਸੀ। ਦੂਜੀ ਗੱਲ, ਬੱਚੀ ਦੀ ਤਬੀਅਤ ਕੋਈ ਖਰਾਬ ਨਹੀਂ ਹੋਈ, ਬੱਚੀ ਦੀ ਬਿਲਕੁਲ ਸਹੀ ਹੈ, ਹੁਣ ਤੱਕ ਵੀ ਨਵੇਂ ਸਟਾਰਟਿੰਗ ਲੈ ਕੇ ਹੁਣ ਤੱਕ ਵੀ ਬਿਲਕੁਲ ਸਹੀ ਹੈ ਆਪਣੇ ਘਰ ਹੀ। ਨਹੀਂ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਬੱਚੀ ਦੀ ਸਿਹਤ ਨਹੀਂ ਵਿਗੜੀ ਹੈਗੀ, ਕਿਉਂਕਿ ਪਰਿਵਾਰ ਦਾ ਧਰਨਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਉਰੇ, ਕਹਿੰਦੇ ਕਿ ਬੱਚੀ ਦੀ ਹਾਲਤ ਬੜੀ ਵਿਗੜ ਗਈ ਹੈ, ਹਸਪਤਾਲ ਦਾਖਿਲ ਹੈ DMC ਦੇ ਵਿੱਚ, ਤੁਸੀਂ ਕਹਿ ਰਹੇ ਹੋ ਕਿ ਸਿਹਤ ਨਹੀਂ ਵਿਗੜੀ ਹੈ? ਸਾਨੂੰ ਪਤਾ ਲੱਗਿਆ ਸੀ ਕਿ ਬੱਚੀ ਦੀ ਤਬੀਅਤ ਕੋਈ ਨਹੀਂ ਹੈ, ਉਹ ਕੁਝ ਬੱਚੀ ਨੇ ਕੋਈ ਉੱਥੋਂ ਵਿਆਹ ਸ਼ਾਦੀ 'ਚ ਕੋਈ ਗਲਤ ਖਾਣਾ ਖਾ ਲਿਆ ਸੀ, ਉਹ ਸਾਨੂੰ ਉਸਦੀ ਤਬੀਅਤ ਖਰਾਬ ਹੋ ਗਈ ਸੀ, ਉੱਥੇ ਉਹਨਾਂ ਨੇ
ਦਵਾਈ ਲੈ ਕੇ ਆਪਣਾ ਪਰਚੀ ਬਣਾ ਕੇ ਲਾਏ। ਕੁਛ ਚਾਰ ਪੰਜ ਸਾਥੀ ਅਨਸਰ ਐਸੇ ਹੈਗੇ ਹੈ ਜਿਹਨਾਂ ਨੇ ਧੰਨਾ ਲਾ ਕੇ ਇਕੱਠੇ ਬੰਦੇ ਇਕੱਠੇ ਕਰਾ ਕੇ ਉਹਨਾਂ ਨੇ ਧੰਨਾ ਇੱਥੇ ਲਾ ਲਿਆ। ਉਸ ਕਹਿੰਦੇ ਹੁਣ ਡਿਮਾਂਡ ਦੋ ਚਾਰ ਬੰਦੇ ਭੇਜ ਰਹੇ ਹੈ ਕਿ ਡਿਮਾਂਡ ਕਰ ਰਹੇ ਹੈ ਕਿ ਸਾਨੂੰ ਕੁਛ ਪੈਸੇ ਮਿਲ ਜਾਣ। ਪੈਸੇ ਕੌਣ ਮੰਗ ਰਿਹਾ ਹੈ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪੈਸੇ ਦੀ ਡਿਮਾਂਡ ਹੋ ਰਹੀ ਹੈ? ਦੋ ਚਾਰ ਬੰਦੇ ਆ ਰਹੇ ਨੇ, ਕੌਣ ਨੇ ਉਹ ਬੰਦੇ, ਕਿਹੜੇ ਮੰਗ ਰਹੇ ਨੇ ਪੈਸੇ? ਇਹਨਾਂ ਦੀ ਬਰਾਦਰੀ ਵਿੱਚੋਂ ਕੋਈ ਦੋ ਚਾਰ ਹੈਗੇ ਹੈ ਜਿਹੜੇ ਪ੍ਰਧਾਨ ਬੰਦੇ ਫਿਰਦੇ ਹੈ, ਜੋ ਜੋ ਵੀ ਹੈ ਸਾਥ ਸਾਥ ਦੇ ਰਹੇ। ਕੀ ਕਹਿੰਦੇ ਨੇ ਕਿ ਪੈਸੇ ਕਿਸ ਤਰ੍ਹਾਂ ਮੰਗ ਰਹੇ ਨੇ, ਕਿਸ ਮਾਮਲੇ ਦੇ ਮੰਗ ਰਹੇ ਨੇ ਪੈਸੇ ਉਹ? ਕਿ ਅਸੀਂ ਤੁਸੀਂ ਦੁਕਾਨ ਅਸੀਂ ਬੰਦ ਕਰ ਰਹੇ ਹਾਂ, ਦੁਕਾਨ ਫਿਰ ਤੁਹਾਨੂੰ ਖੁੱਲ੍ਹਣ ਨਹੀਂ ਦੇਵਾਂਗੇ ਜਦੋਂ ਤੁਸੀਂ ਸਾਡੇ ਸਾਥ ਨਾਲ ਸਮਝੌਤਾ ਨਹੀਂ ਕਰਦੇ, ਪੈਸੇ ਦੀ ਲੈਣ ਦੇਣ ਕਰਦੇ। ਜੇਕਰ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੈਸੇ ਦੀ ਮੰਗ ਹੋਈ ਹੈ ਨਾ, ਦੁਕਾਨ ਕਹਿੰਦੇ ਖੁੱਲ੍ਹਣ ਨਹੀਂ ਦੇਵਾਂਗੇ, ਦੁਕਾਨ ਤੁਸੀਂ ਬੰਦ ਕੀਤੀ ਹੋਈ ਹੈ, ਸਮੇਂ ਕੀ ਬੀਤ ਰਿਹਾ ਦਿਲ ਦੇ ਉੱਪਰ? ਕਿਉਂਕਿ ਕਿੰਨੇ ਦਿਨ ਹੋ ਗਏ ਨੇ ਦੁਕਾਨ ਬੰਦ ਹੋਇਆ? ਇਸ ਟਾਈਮ ਤੁਸੀਂ ਦੁਕਾਨ ਸਾਰੀ ਬੰਦ ਪਈ ਗਈ, ਅਸੀਂ ਸਾਰੇ ਅਸੀਂ ਭਰਾ ਸਿੱਧ ਚਾਰ ਜੀ ਹੈਗੇ ਹਾਂ, ਵੇ ਸਾਰੇ ਦੁਕਾਨ ਬਾਹਰ ਨਵੇਂ ਜਾਮ ਲਾ ਕੇ ਬਹਿ ਜਾਂਦੇ ਹਾਂ, 500-1000 ਬੰਦਾ ਲੈ ਆਉਂਦੇ ਹਾਂ। ਕੱਲ੍ਹ ਕੋਈ ਕੋਈ ਪਾਣਾ ਵਰਤ ਦਿੰਦਾ, ਸਾਡੇ ਉੱਪਰ ਕੋਈ ਅਟੈਕ ਅਟੈਕ ਕਰ ਦਿੰਦੇ ਆ, ਕੋਈ ਸ਼ੀਸ਼ੇ ਤੋੜ ਦਿੰਦੇ ਆ, ਕੋਈ ਜਾਨ ਖਤਰਾ ਹੈਗਾ, ਤਾਂ ਅਸੀਂ ਜਾ ਕੇ ਨੁਕਸਾਨ ਕਿੰਨਾ ਕੁ ਹੋ ਗਿਆ? ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਾਫੀ ਦਿਨਾਂ ਤੋਂ ਦੁਕਾਨ ਬੰਦ ਹੈ, ਧਰਨਾ ਪ੍ਰਦਰਸ਼ਨ ਬਾਹਰ ਚੱਲਦਾ ਆ ਰਿਹਾ ਪਰਿਵਾਰ ਵੱਲੋਂ, ਕਿੰਨਾ ਕੁ ਨੁਕਸਾਨ ਹੋ ਗਿਆ ਪਰਿਵਾਰ ਦਾ? ਨੁਕਸਾਨ ਤਾਂ ਬਹੁਤ ਹੋਇਆ ਜੀ, ਦੁਕਾਨ ਦਾ ਵੀ ਨੁਕਸਾਨ ਹੋ ਗਿਆ ਜੀ, ਘਰ ਜੀਅ ਨੁਕਸਾਨ ਹੋ ਗਿਆ ਜੀ, ਬਹੁਤ ਟੈਨਸ਼ਨ ਹੋਈ ਸਾਨੂੰ ਆਪਣੇ ਆਪਣੇ ਸਾਨੂੰ ਪਰਿਵਾਰ ਬਹੁਤ ਨਵੇਂ ਖਤਰਾ ਹੈ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਸ ਦਿਨ ਇੱਥੇ ਹੈਗੇ ਨਹੀਂ ਸੀਗੇ, ਬਾਹਰ ਗਏ ਹੋਏ ਸੀਗੇ ਹਨਾ, ਤੁਹਾਡੇ ਫਾਦਰ ਸਾਹਿਬ ਸੀਗੇ ਇੱਥੇ ਨਜ਼ਰ ਆ ਰਹੇ ਸੀਗੇ ਹਨਾ, ਉਹਨਾਂ ਨਾਲ ਵੀ ਕਾਫੀ ਬੋਲਚਾਲ ਹੋ ਰਹੀ ਸੀਗੀ ਵੀ ਇਹ ਕਿੱਥੋਂ ਆ ਗਿਆ, ਐਕਸਪਾਇਰੀ ਡੇਟ ਵਾਲਾ ਹਨਾ। ਤੁਸੀਂ ਜਦੋਂ ਦੇਖਿਆ ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ, ਤੁਸੀਂ ਫਿਰ ਕੀ ਆਇਆ ਸੀ ਮਨ ਦੇ ਵਿੱਚ ਪਹਿਲਾਂ ਜਦੋਂ ਤੁਸੀਂ ਇਹ ਸਾਰੀ ਵੀਡੀਓਜ਼ ਦੇਖੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ, ਤੁਹਾਡੇ ਫਾਦਰ ਸਾਹਿਬ ਇੱਥੇ ਦੁਕਾਨ ਦੇ ਵਿੱਚ ਸੀਗੇ, ਜਦੋਂ ਉਹ ਪਹੁੰਚਦੇ ਨੇ ਲੋਕ ਹਨਾ, ਇਲਜ਼ਾਮ ਲਗਾਉਂਦੇ ਨੇ ਕਿ ਇੱਦਾਂ ਕਰਕੇ ਹਨਾ, ਤੁਹਾਡੇ ਦਿਲ ਦੇ ਉੱਪਰ ਕੀ ਬੀਤੀ ਫਿਰ ਉਸ ਸਮੇਂ? ਬੜਾ ਹੀ ਮਨ ਖਰਾਬ ਹੋਇਆ, ਬੜਾ ਮਨ ਰੋਇਆ ਮੇਰਾ ਕਿ ਇਸ ਤਰ੍ਹਾਂ ਕਿ ਮੇਰੇ ਪਰਿਵਾਰ ਨਾਲ ਇਸ ਤਰ੍ਹਾਂ ਕੰਮ ਹੋ ਰਿਹਾ। ਜਿਸ ਤਰ੍ਹਾਂ ਹੁਣ ਧਰਨਾ ਲਗਾਇਆ ਗਿਆ ਪਿਛਲੇ ਦਿਨ ਹੀ ਉਰੇ ਹਨਾ, ਤੇ ਉਸਦੇ ਵਿੱਚ ਵੀ ਕਿਹਾ ਗਿਆ ਕਿ ਦੁਕਾਨ ਬੰਦ ਕਰਾਓ, ਦੁਕਾਨ ਇਹ ਬੰਦ ਨਹੀਂ ਕਰਦੇ ਹੈਗੇ ਹਨਾ, ਤੇ ਮੀਡੀਆ ਦੇ ਉੱਪਰ ਵੀ ਇਲਜ਼ਾਮ ਲਗਾਏ ਗਏ ਕਿ ਪੈਸੇ ਲਿੱਤੇ ਗਏ ਨੇ ਇਹਨਾਂ ਵੱਲੋਂ, ਕੀ ਇਹ ਮਾਮਲਾ ਕੀ ਹੈ? ਪੱਤਰਕਾਰਾਂ ਨੇ ਵੀ ਕੋਈ ਪੈਸੇ ਵਗੈਰਾ ਦੀ ਮੰਗ ਕੀਤੀ ਤੁਹਾਡੇ ਤੋਂ ਲੈ ਕੇ ਗਏ ਨੇ ਕੋਈ? ਕੋਈ ਮੀਡੀਆ ਨੇ ਪੱਤਰਕਾਰਾਂ ਨੇ ਕੋਈ ਪੈਸਾ ਡਿਮਾਂਡ ਕੀਤੀ ਨਾ, ਕੋਈ ਅਸੀਂ ਕੋਈ ਪੈਸੇ ਦਿੱਤੇ ਹੈ ਕੋਈ ਨਾ, ਪ੍ਰਸ਼ਾਸਨ ਸਾਰਾ ਪੂਰਾ ਸਾਥ ਦੇ ਰਿਹਾ, ਨਾ ਅਸੀਂ ਪ੍ਰਸ਼ਾਸਨ ਨੂੰ ਕੋਈ ਡਿਮਾਂਡ ਕੀਤੀ ਹੈ, ਨਾ ਅਸੀਂ ਕੋਈ ਪ੍ਰਸ਼ਾਸਨ ਦਿੱਤੇ ਪੈਸੇ। ਤੇ ਬਿਲਕੁਲ ਇਹ ਦੁਕਾਨ ਦੇ ਜਿਹੜੇ ਮਾਲਕ ਨੇ ਇਸ ਸਮੇਂ ਕਹਿ ਸਕਦੇ ਆ ਆਪਣਾ ਦਰਦ ਬਿਆਨ ਕਰ ਰਹੇ ਨੇ, ਇਹਨਾਂ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਦੁਕਾਨ ਬੰਦ ਪਈ ਹੈ, ਨੁਕਸਾਨ ਕਾਫੀ ਵੱਡਾ ਹੋ ਰਿਹਾ ਹੈ ਪਰਿਵਾਰ ਦਾ, ਕਿਉਂਕਿ ਪਰਿਵਾਰ ਦੇ ਵਿੱਚ ਕਾਫੀ ਜੀ ਨੇ ਜਿਹੜੇ ਰੁਜ਼ਗਾਰ ਜਿਨ੍ਹਾਂ ਦਾ ਇਸ ਤੋਂ ਚੱਲਦਾ, ਕਹਿ ਸਕਦੇ ਆ ਰੋਟੀ ਪਾਣੀ ਇਸ ਤੋਂ ਚੱਲਦਾ, ਤਾਂ ਇਸ ਸਮੇਂ ਇਹ ਕਹਿ ਸਕਦੇ ਆ ਕਿ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਉਸ ਵਕਤ ਦੁਕਾਨ ਦੇ ਵਿੱਚ ਮੌਜੂਦ ਸੀਗੇ, ਉਹਨਾਂ ਤੋਂ ਵੀ ਜਾਣਦੇ ਆ ਕਿ ਉਹਨਾਂ ਦੇ ਉੱਪਰ ਕੀ ਬੀਤ ਰਹੀ ਸੀ ਉਸ ਸਮੇਂ, ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚ ਰਹੇ ਸੀਗੇ ਉਹ ਕਾਫੀ ਕੁਛ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ। ਤੁਸੀਂ ਉਸ ਵਕਤ ਦੁਕਾਨ ਦੇ ਵਿੱਚ ਸੀਗੇ ਹਨਾ, ਉਰੇ ਸਿਹਤ ਵਿਭਾਗ ਵੱਲੋਂ ਟੀਮਾਂ ਆਈਆਂ ਹੋਈਆਂ ਸੀ, ਪੁਲਿਸ ਵੀ ਉਰੇ ਸੀਗੀ, ਤੁਹਾਨੂੰ ਸਵਾਲ ਜਵਾਬ ਕਰ ਰਹੇ ਸੀਗੇ ਕਿ ਆਹ ਐਕਸਪਾਇਰੀ ਡੇਟ ਵਾਲਾ ਨਾ, ਕੀ ਦਿਮਾਗ ਦੇ ਵਿੱਚ ਆ ਰਿਹਾ ਸੀ? ਸ਼ਾਂਤ ਬੜੇ ਨਜ਼ਰ ਆ ਰਹੇ ਤੁਸੀਂ ਉਸ ਅਸੀਂ ਮੈਨੂੰ ਸਾਰੇ ਨਾ ਪਤਾ ਨਹੀਂ ਸੀ ਕਿ ਸ਼ਬਦ ਵੀ ਜਿਹੜੇ ਉਸ ਸਾਰੀ ਐਕਸਪਾਇਰੀ ਵਾਪਸੀ ਕਰਨ ਵਾਲੇ ਉਹ ਚੱਕੇ ਉਹਨਾਂ ਨੇ ਸੇਫ ਦੇਣ ਨੂੰ, ਤੇ ਮੈਂ ਬੰਦੂ ਜਾਣਕਾਰੀ ਹੈ ਨਹੀਂ ਸੀਗੀ ਕਿ ਮੈਂ ਅੱਜ ਬਾਅਦ ਬਹੁਤ ਘੱਟ ਬੈਠਦਾ, ਇਹ ਬੇਟਾ ਗਿਆ ਸੀ ਕੰਮ ਕੋਈ ਬਿਠਾ ਰਿਹਾ ਸਵੇਰ ਸੇ, ਉਹ ਜਿਹੜੇ ਨੇ ਸਾਰਾ ਚੱਕਿਆ ਦੋ ਤਿੰਨ ਸਾਰੇ ਲੋਹੇ ਚੱਕੇ ਸਾਰੇ ਉਹਨਾਂ ਨੇ ਸਾਰੇ ਸ਼ੋਅ ਕਰਦੇ ਉਹਨਾਂ ਸਾਰੇ, ਮੈਂ ਕੋਈ ਪਤਾ ਨਹੀਂ ਪਤਾ ਵੈਸੇ ਕਰ ਸਕਦਾ ਨਾ ਪਤਾ, ਇਹਦਾ ਸਾਰਾ ਨੁਕਸਾਨ ਬਹੁਤ ਹੋ ਰਿਹਾ, ਸਾਡੇ ਸਪਲਾਈਆਂ ਸਾਡੇ ਹੋਰ ਜਿਹਨ ਸਾਰੇ ਹੋਰ ਰਾਸ਼ਨ ਜਾਂਦਾ, ਕਈ ਜਗ੍ਹਾ ਹਰਿਆ ਸਪਲਾਈ ਜਾਂਦੀਆਂ ਰਾਸ਼ਨ ਜਾਂਦਾ, ਉਹ ਸਾਰਾ ਇਸ ਤੋਂ ਬਦ ਰਿਹਾ 4-5 ਦਿਨ ਤੋਂ, ਪਹਿਲਾਂ ਸਾਡਾ ਬਹੁਤ ਨੁਕਸਾਨ ਹੋ ਰਿਹਾ, ਉਹ ਸਾਨੂੰ ਬਹੁਤ ਪਿਛਾਂ ਕੀਤਾ ਪੈਸੇ।
ਤੁਸੀਂ ਰੋਕਿਆ ਨਹੀਂ ਸੀਗਾ ਉਹਨਾਂ ਨੂੰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪਿੱਛੋਂ ਦੀ ਚੱਕ ਕੇ ਲਿਆਏ ਉਹ ਸਾਰੇ ਡੱਬੇ ਲਿਫਾਫੇ ਜਿਹੜੇ ਐਕਸਪਾਇਰੀ ਡੇਟ ਵਾਲੇ ਵਾਪਿਸ ਭੇਜਣੇ ਸੀਗੇ, ਤੁਸੀਂ ਰੋਕਿਆ ਨਹੀਂ ਹੈਗਾ ਉਹਨਾਂ ਨੂੰ ਵੀ ਦੁਕਾਨ ਦੇ ਅੰਦਰ ਕਿਸ ਤਰ੍ਹਾਂ ਦਾਖਿਲ ਹੋ ਰਹੇ ਹੋ, ਸਾਡਾ ਘਰ ਵੀ ਹੈਗਾ। ਬੁਰਦੇ ਵੀ ਪਛੀਤੀ ਬੰਦੇ ਆਏ ਸੀਗੇ, ਮੈਂ ਇਕੱਲਾ ਸੀ ਆਪ ਜਿੱਤੀ ਚੱਲ ਬੰਦਾ ਆ ਕੇ ਸਿਰ ਮੈਂ ਉਹਨਾਂ ਨੇ ਰੋਕੇ ਵੀ ਸੀ ਮੇਰੇ ਤੁਸੀਂ ਸਟੇਟ ਲਾਈਫਾ ਚੱਕੋ, ਇਹ ਹੁਣ ਸਾਰਾ ਹਲਾ ਤੁਹਾਨੂੰ ਬੋਲ ਕੇ ਸਾਰੇ ਫਾਈਲ ਰੱਖੇ ਬਾਹਲੇ ਸਾਰੇ ਅਖਤਿਆਰ ਚੱਕੇ ਰਹੇ ਸ਼ੋ ਕੀਤਾ ਇਹਨਾਂ ਨੂੰ। ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ, ਜਿਸ ਤਰ੍ਹਾਂ ਸਿਹਤ ਵਿਭਾਗ ਨੇ ਸੈਂਪਲ ਭਰੇ ਨੇ ਉਹ ਵੀ ਕਾਰਵਾਈ ਕਰ ਰਹੀ ਹੈ, ਦੂਜੇ ਪਾਸੇ ਪੁਲਿਸ ਵੀ ਇਸਦੀ ਜਾਂਚ ਕਰ ਰਹੀ ਹੈ। ਦੇਖੋ ਜੀ ਸੈਂਪਲ ਭਰਨੇ ਵਾਲੇ ਸੈਂਪਲ ਭਰ ਕੇ ਲੈ ਗਏ, ਜੋ ਹੋਇਆ ਦੇਖੀ ਕਰਾਂਗੇ ਉਹਨੇ ਬੋਲੇ, ਬਾਕੀ ਜੋ ਚੱਲ ਰਿਹਾ ਇਹਨਾਂ ਨੇ ਬਾਕੀ ਸਾਡਾ ਪ੍ਰਸ਼ਾਸਨ ਬਹੁਤ ਸਾਰਾ ਸਾਥ ਦਿੱਤਾ ਸਾਡੇ ਇੱਧਰ ਨੇ, ਬਾਕੀ ਹੁਣ ਅਸੀਂ ਕਹਿ ਰਹੇ ਸਾਡੀ ਦੁਕਾਨ ਖੁੱਲ੍ਹੀ ਹੈ, ਉਹ ਸਾਡਾ ਦੁਕਾਨ ਬਹੁਤ ਹੋ ਰਿਹਾ, ਜੇ ਕੱਲ੍ਹ ਦੁਕਾਨ ਖੁੱਲ੍ਹੀ ਸੀ ਤਾਂ ਤੁਹਾਨੂੰ ਜਾ ਕੇ ਦੁਕਾਨ ਬੰਦ ਕਰ ਸੀ। ਬਿਲਕੁਲ, ਇਹ ਪਰਿਵਾਰ ਹੈ ਜਿਹੜਾ ਦੁਕਾਨ ਦੇ ਮਾਲਕ ਨੇ ਉਹ ਨੇ, ਇਹਨਾਂ ਨੇ ਆਪਣਾ ਦਰਦ ਬਿਆਨ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ, ਸਿਹਤ ਵਿਭਾਗ ਸੈਂਪਲ ਭਰ ਕੇ ਲੈ ਗਈ ਹੈ, ਉਹਨਾਂ ਦੀ ਜਾਂਚ ਜਿਹੜੀ ਚੱਲ ਰਹੀ ਹੈ ਤਾਂ ਉਸ ਵਿਚਾਲੇ ਪਰਿਵਾਰ ਨੂੰ ਜਾਂ ਉਹਨਾਂ ਲੋਕਾਂ ਨੂੰ ਇੱਥੇ ਆ ਕੇ ਹੰਗਾਮਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕਿਉਂਕਿ ਜਾਂਚ ਚੱਲਦੀ ਪਈ ਹੈ। ਜਦੋਂ ਜਾਂਚ ਤੋਂ ਬਾਅਦ ਰਿਪੋਰਟ ਸਾਹਮਣੇ ਆਵੇਗੀ ਜਾਂ ਜੋ ਕਾਰਵਾਈ ਹੋਵੇਗੀ ਉਹ ਇਹਨਾਂ ਨੂੰ ਵੀ ਮਨਜ਼ੂਰ ਹੈ। ਤਾਂ ਕੈਮਰਾ ਪਰਸਨ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ, ਪਟਿਆਲਾ।